ਨੂੰ ਲੈ ਕੇ ਜੂਰ ਚੈਸ ਗਾਰਡ ਦੇਵਾਂਸ ਜੀ ਨੇ ਐਚ ਐਚ ਰੈਡ ਚੈਸ ਗਾਰਡ ਮੈਚ ਪਾਓ ਕੋਰਟ ਨੰਬਰ 3 ਮੇਰਾ ਨਾਮ ਅਨਮੋਲ ਠਾਕੁਰ ਹੈ ਬਲੋਸਮ ਸਕੂਲ ਨਾਭਾ ਰੋਡ ਰੇ ਟਾਈਕੁੰਡੋ ਕੋਚ ਹੈ ਬੱਚੇ ਐਕਚੁਲੀ ਸਾਡੀ ਗੇਮ ਹੈ ਟਾਈਕੁੰਡੋ ਟਾਈਕੁੰਡੋ ਕੋਰੀਅਨ ਮਾਰਸ਼ਲ ਆਰਟ ਹੈ ਅਤੇ ਉਹਦੇ ਵਿੱਚ ਮੇਰੇ ਕੋਲ ਸਾਰੇ ਬੱਚੇ ਟ੍ਰੇਨ ਕਰਦੇ ਅਤੇ ਉੱਧਰ ਉੱਥੇ ਇਹਨਾਂ ਦੀ ਫਾਈਟਸ ਹੋਈਆਂ ਸੀਗੀਆਂ ਦੋ ਦੋ ਤਿੰਨ ਤਿੰਨ ਫਾਈਟਸ ਜਿੱਤ ਕੇ ਉੱਥੇ ਮੈਡਲ ਲੈ ਕੇ ਆਏ ਗੋਲਡ ਮੈਡਲ ਹਾਂਜੀ ਹਾਲੇ ਤਾਂ ਛੋਟੇ ਹੈ ਬੱਚੇ ਹਲੇ ਛੋਟੇ ਆਏ ਹੈ ਹਲੇ ਤਾਂ ਨਹੀਂ ਆਉਣ ਦੇ 10-20 ਸਾਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਜਿਸ ਹਿਸਾਬ ਦੇ ਬੱਚਿਆਂ ਦੇ ਵਿੱਚ ਐਕਟਿਵਨੈਸ ਹੈ ਜਿਵੇਂ ਇਹ ਸਪੋਰਟ ਸਾਨੂੰ ਮਿਲਦਾ ਤਾਂ ਜ਼ਰੂਰ ਬੱਚੇ ਕੁਆਲੀਫਾਈ ਕਰੇਂਗੇ ਓਕੇ ਸਾਡੇ 3 ਗੋਲਡ ਆਏ ਹੈ ਜੀ 2 ਸਿਲਵਰ ਆਏ ਅਤੇ 1 ਬ੍ਰੌਂਜ਼ ਮੈਡਲ ਆਇਆ ਮੇਰਾ ਨਾਮ ਵੰਸ਼ ਹੈ ਕਿਸ ਗੇਮ ਦੇ ਵਿੱਚ ਮੈਡਲ ਲੈ ਕੇ ਆਏ ਹੋ ਅਸੀਂ ਟੈਕੋਂਡੋ ਗੇਮ 'ਚ ਮੈਡਲ ਲੈ ਕੇ ਕਿਹੜਾ ਮੈਡਲ ਲੈ ਕੇ ਆਏ ਗੋਲਡ ਮੈਡਲ ਵੱਡੇ ਹੋ ਕੇ ਕੀ ਬਣਨਾ ਹੈ ਆਈਪੀਐਸ ਆਫੀਸਰ ਆਈਪੀਐਸ ਆਫੀਸਰ ਕਿੰਨੀ ਹੈ ਅਜੇ ਮੇਰੀ 8 ਹੈ ਜੀ ਕੀ ਨਾਮ ਹੈ ਸਰ ਮੇਰਾ ਨਾਮ ਭਾਵਿਸ਼ ਹੈ ਕਿਸ ਗੇਮ ਮੈਂ ਮੈਡਲ ਲੈ ਕੇ ਆਇਆ ਹਾਂ ਟਾਈਕਵਾਂਡੋ ਗੇਮ ਔਰ ਵੱਡੇ ਹੋ ਕੇ ਕੀ ਬਣਨਾ ਹੈ ਪੁਲਿਸ ਆਫੀਸਰ ਕੀ ਨਾਮ ਹੈ ਮੇਰਾ ਨਾਮ ਵਿਵਾਨ ਹੈ ਵਿਵਾਨ ਵਿਵਾਨ ਕੌਣ ਸੀ ਗੇਮ ਮੈਂ ਮੈਡਲ ਲੈ ਕੇ ਆਇਆ ਹੋ ਕੀ ਲੈ ਕੇ ਆਇਆ ਹੋ ਟਾਈਕਵਾਂਡੋ ਗੇਮ ਮੈਂ ਮੈਂ ਗੋਲਡ ਮੈਡਲ ਲਾਇਆ ਬੜੇ ਹੋ ਕੇ ਕੀ ਬਣਨਾ ਹੈ ਆਈਐਸ ਆਫੀਸਰ ਔਰ ਗੇਮ ਐਸੇ ਰੈਗੂਲਰ ਖੇਲਦੇ ਰਹਤੇ ਹੋ ਸ਼ੁਰੂ ਸੇ
ਮੇਰਾ ਨਾਮ ਰੇਖਾ ਕਪੂਰ ਹੈ, ਮੇਰਾ ਬੇਟਾ ਹੈ ਵੰਸ਼, ਉਹ 1 ਈਅਰ ਤੋਂ ਟਾਈਕੋਂਡੋ ਕਰ ਰਿਹਾ ਗੇਮ ਅਨਮੋਲ ਸਰ ਦੇ ਕੋਲ ਇੱਥੇ ਬਲੋਸਮ ਸਕੂਲ ਦੇ ਵਿੱਚ, ਅਤੇ ਉਹ ਗੋਲਡ ਲੈ ਕੇ ਆਏ ਹੈ। ਮੈਂ ਬਹੁਤ ਖੁਸ਼ ਹਾਂ, ਆਈ ਐਮ ਵੈਰੀ ਪ੍ਰਾਊਡ ਆਫ ਹਿਮ। ਔਰ ਸਰ ਤੁਸੀਂ ਬਹੁਤ ਪ੍ਰਾਊਡ ਹਾਂ ਕਿ ਸਰ ਨੇ ਇਸ ਲਾਇਕ ਮੇਰੇ ਬੇਟੇ ਨੂੰ ਬਣਾਏ ਹੈ। ਸਰ ਮੈਂ ਖੁਦ ਇੱਥੇ ਪਲੇਅਰ ਰਹੀ ਹੈਗੀ, ਵਾਲੀਬਾਲ ਪਲੇਅਰ, ਮੈਂ ਚਾਹੁੰਦੀ ਕਿ ਮੇਰਾ ਬੇਟਾ ਵੀ ਪਲੇਅਰ ਹੀ ਬਣੇ। ਹਾਂਜੀ ਸਰ, ਲੜਕੀਆਂ ਵਾਸਤੇ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਮਾਰਸ਼ਲ ਆਰਟ ਸਿਖਾਇਆ ਜਾਂਦਾ ਹੈ ਕੁੜੀਆਂ ਨੂੰ ਆਪਣੀ ਪ੍ਰੋਟੈਕਸ਼ਨ ਦੇ ਲਈ। ਉਹਨਾਂ ਨੂੰ ਵੱਖ ਵੱਖ ਤਰ੍ਹਾਂ ਦੇ ਮੂਵ ਸਿਖਾਏ ਜਾਂਦੇ ਹੈ ਕਿ ਜਦੋਂ ਵੀ ਲੋੜ ਪਵੇ ਉਹਨਾਂ ਨੂੰ ਉਹ ਆਪਣੀ ਪ੍ਰੋਟੈਕਸ਼ਨ ਕਰ ਸਕਣ। ਸਰ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੂੰਗੀ ਕਿ ਕਦੇ ਵੀ ਗਲਤ ਰਸਤੇ 'ਤੇ ਨਾ ਜਾਣ, ਨਸ਼ਿਆਂ ਵੱਲ ਨਾ ਜਾਣ, ਅਤੇ ਆਪਣਾ ਫਿਊਚਰ ਬ੍ਰਾਈਟ ਕਰਨ। ਸਰ ਮਾਈ ਨੇਮ ਇਜ਼ ਸ਼ਿਲਪਾ, ਅਤੇ ਮੇਰਾ ਬੇਟਾ ਸਿਲਵਰ ਮੈਡਲ ਲੈ ਕੇ ਆਇਆ। ਮੈਨੂੰ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਕਿ ਮਤਲਬ ਉਹ ਇਸ ਗੇਮ 'ਚ ਮਤਲਬ ਹੋਰ ਅੱਗੇ ਵਧੇ। ਮੈਂ ਇਹ ਚਾਹੁੰਦੀ ਹਾਂ ਕਿ ਸਰ ਦੇ ਨਾਲ ਰਹਿ ਕੇ ਸਰ ਦੀ ਤਰ੍ਹਾਂ ਕੋਚ ਬਣੇ, ਉਹ ਬਹੁਤ ਅੱਛਾ ਖੇਲੇ ਅੱਗੇ ਜਾ ਕੇ।